ਬੁੱਧਵਾਰ ਬਾਅਦ ਦੁਪਹਿਰ 3 ਵਜੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਪਾਰਕ ਵਿਖੇ ਦਲਿਤ ਮਹਾਂਪੰਚਾਇਤ ਵੱਲੋਂ ਮਨਾਇਆ ਗਿਆ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀ ਨਿਰਮਾਣ ਦਿਵਸ ਅਤੇ ਉਹਨਾਂ ਨੂੰ ਪਹਿਨਾਏਗੀ ਫੁੱਲਮਾਲਾ। ਇਸ ਮੌਕੇ ਨੈਸ਼ਨਲ ਦਲਿਤ ਮਹਾਂਪੰਚਾਇਤ ਦੇ ਚੇਅਰਮੈਨ ਕਿਰਨਜੀਤ ਸਿੰਘ ਗੈਰੀ ਨੇ ਬੋਲਦਿਆਂ ਕਿਹਾ ਕਿ ਅੱਜ ਦੇ ਦਿਨ ਦੇ ਉੱਤੇ ਸਾਨੂੰ ਪ੍ਰਣ ਕਰਨਾ ਚਾਹੀਦਾ ਕਿ ਅਸੀਂ EVM ਦੇ ਖਿਲਾਫ ਵੀ ਆਵਾਜ਼ ਉਠਾਈਏ। ਮੈਂ ਕਿਰਨਜੀਤ ਸਿੰਘ ਗੈਰੀ, ਚੇਅਰਮੈਨ ਨੈਸ਼ਨਲ ਦਲਿਤ ਮਹਾਂਪੰਚਾਇਤ ਪੰਜਾਬ, ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ। ਅੱਜ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ, ਜੋ ਸੰਵਿਧਾਨ ਪਿਤਾ ਨੇ ਭਾਰਤ ਦੇ, ਉਹਨਾਂ ਦਾ ਪਰਿਨਿਰਮਾਣ ਦਿਵਸ ਹੈ। ਜੋ ਦੁਨੀਆ ਦੇ ਕੋਨੇ ਕੋਨੇ ਵਿੱਚ ਅੰਬੇਦਕਰ ਸਾਹਿਬ ਨੂੰ ਮੰਨਣ ਵਾਲੇ ਅਤੇ ਉਹਨਾਂ ਦੇ ਮਿਸ਼ਨ ਨੂੰ ਮੰਨਣ ਵਾਲੇ ਲੋਕ ਮਨਾ ਰਹੇ ਹੈ, ਉਸੇ ਕੜੀ ਵਜੋਂ ਅਸੀਂ ਵੀ ਹਰ ਸਾਲ ਦੀ ਤਰ੍ਹਾਂ ਅੱਜ ਇਹ ਦਿਨ ਬਾਬਾ ਸਾਹਿਬ ਅੰਬੇਦਕਰ ਦਾ ਮਨਾ ਰਹੇ ਹਾਂ। ਮੈਂ ਧੰਨਵਾਦ ਕਰਨਾ ਚਾਹੂੰਗਾ ਚੀਫ ਜਸਟਿਸ ਸੁਪਰੀਮ ਕੋਰਟ ਮਾਣਯੋਗ ਜਸਟਿਸ ਚੰਦਰਚੂੜ ਜੀ ਦਾ, ਔਰ ਰਾਸ਼ਟਰਪਤੀ ਮੈਡਮ ਮੂਰਤੀ ਦ੍ਰੋਪਦੀ ਜੀ ਦਾ, ਜਿਨ੍ਹਾਂ ਨੇ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਜਿਹੜੀ ਹੈਗੀ ਹੈ ਸੁਪਰੀਮ ਕੋਰਟ ਦੇ ਵਿੱਚ ਲਾ ਕੇ ਦੁਨੀਆ ਦੇ ਵਿੱਚ ਇਹ ਦਿਖਾਉਣ ਦਾ ਔਰ ਹਰ ਵਿਅਕਤੀ ਨੂੰ ਸਨੇਹਾ ਦੇਣ ਦਾ ਯਤਨ ਕੀਤਾ ਕਿ ਬਾਬਾ ਸਾਹਿਬ ਅੰਬੇਡਕਰ ਨਿਆਂ ਦੇਵਤਾ ਸਨ, ਜਿਨ੍ਹਾਂ ਨੇ ਸੰਵਿਧਾਨ ਲਿਖਿਆ, ਜਿਹਦੇ ਤਰਤੇ ਅੱਜ ਜਿਹੜਾ ਸਾਰਾ ਦੇਸ਼ ਚੱਲ ਰਿਹਾ। ਤੋ ਮੈਂ ਅਸੀਂ ਚਾਹਾਂਗੇ ਕਿ ਬਾਬਾ ਸਾਹਿਬ ਅੰਬੇਡਕਰ ਦਾ ਸੰਵਿਧਾਨ ਅਤੇ ਉਹਨਾਂ ਦੀ ਜੀਵਨੀ ਜਿਸ ਤਰ੍ਹਾਂ ਟੈਲੀਵਿਜ਼ਨ ਦੇ ਉੱਤੇ ਮਹਾਂਭਾਰਤ ਦਿਖਾਇਆ ਗਿਆ, ਰਮਾਇਣ ਦਿਖਾਈ ਗਈ, ਉਸੇ ਤਰ੍ਹਾਂ ਭਾਰਤੀ ਸੰਵਿਧਾਨ ਵੀ ਉਸ ਤਰ੍ਹਾਂ ਹੀ ਦਿਖਾਇਆ ਜਾਣਾ ਚਾਹੀਦਾ। ਬਾਬਾ ਸਾਹਿਬ ਅੰਬੇਡਕਰ ਦੀ ਜੀਵਨੀ ਜਿਹੜੀ ਹੈ ਦਿਖਾਈ ਜਾਣੀ ਚਾਹੀਦੀ ਹੈ, ਔਰ ਬਾਬਾ ਸਾਹਿਬ ਅੰਬੇਡਕਰ ਦੀ ਜੀਵਨੀ ਅਤੇ ਭਾਰਤ ਦਾ ਸੰਵਿਧਾਨ ਸਕੂਲੀ ਸਿਲੇਬਸ ਦੇ ਵਿੱਚ ਜ਼ਰੂਰੀ ਵਿਸ਼ੇ ਵਜੋਂ ਪੜ੍ਹਾਇਆ ਜਾਣਾ ਚਾਹੀਦਾ, ਤਾਂ ਜੋ ਲੋਕਾਂ ਨੂੰ ਆਪਦੇ ਹੱਕਾਂ ਦਾ, ਆਪਣੇ ਰਾਈਟਸ ਦਾ ਪਤਾ ਲੱਗ ਸਕੇ। ਕਿਉਂਕਿ ਨੈਸ਼ਨਲ ਦਲਿਤ ਮਹਾਂਪੰਚਾਇਤ ਦਾ ਜਿਹੜਾ ਕਨਸੈਪਟ ਹੈ, ਉਹ ਲਾਈਫ ਜਿਹੜੀ ਹੈਗੀ ਆ ਜੀਣੀ ਆ ਇਨਸਾਨ ਨੇ, ਜਿਹੜੀ ਉਹਨੂੰ ਪਤਾ ਹੋਵੇ ਕਿ ਮੈਂ ਇਨਸਾਫ ਦੇ ਲਈ ਜੀਣਾ, ਜਿਵੇਂ ਅਸੀਂ ਲਿਖਦਾ ਕਿ ਫਾਈਟ ਫਾਰ ਰਾਈਟ, ਲਾਈਫ ਫਾਰ ਜਸਟਿਸ, ਕਿ ਮਨੁੱਖ ਨੂੰ ਇਨਸਾਫ ਲਈ ਜੀਣਾ ਚਾਹੀਦਾ ਅਤੇ ਇਨਸਾਫ ਲਈ ਲੜਨਾ ਚਾਹੀਦਾ। ਤੋ ਮੈਂ ਪੂਰੀ ਦੇਸ਼ ਦੇ ਦੁਨੀਆ ਨੂੰ, ਜਿੱਥੇ ਬਾਬਾ ਸਾਹਿਬ ਅੰਬੇਡਕਰ ਦੇ ਪਰਿਨਿਰਵਾਣ ਦਿਵਸ ਦੇ, ਇਹ ਕਹਿਣਾ ਚਾਹੂੰਗਾ ਕਿ ਅੱਜ ਸਾਨੂੰ ਲੋੜ ਹੈ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਚਾ ਕੇ ਰੱਖਣ ਲਈ ਬਾਬਾ ਸਾਹਿਬ ਅੰਬੇਡਕਰ ਦੇ ਅਧੂਰੇ ਮਿਸ਼ਨ ਨੂੰ ਪੂਰਾ ਕਰੀਏ। ਜੋ ਭੇਦਭਾਵ, ਜੋ ਵਿਤਕਰਾ ਇਸ ਦੇਸ਼ ਦੇ ਵਿੱਚ ਵਾਪਰਦਾ ਹੈ, ਉਹਦੇ ਖਿਲਾਫ਼ ਅਸੀਂ ਲਾਮਬੰਦ ਹੋਈਏ, ਖੜ੍ਹੇ ਹੋਈਏ। ਅੱਜ ਮੈਂ ਇੱਕ ਹੋਰ ਵੀ ਗੱਲ ਕਹਿਣਾ ਚਾਹੂੰਗਾ ਕਿ EVM ਦੇ ਖਿਲਾਫ਼ ਵੀ ਦੇਸ਼ ਵਾਸੀਆਂ ਨੂੰ ਅੱਜ ਦਿਨ ਪ੍ਰਣ ਕਰਨਾ ਚਾਹੀਦਾ, ਕਿਉਂਕਿ ਲੋਕਤੰਤਰ, ਬਾਬਾ ਸਾਹਿਬ ਅੰਬੇਡਕਰ ਨੇ ਜਿਹੜਾ ਸੰਵਿਧਾਨ ਲਿਖਿਆ, ਇੱਥੇ ਬੜੀ ਹੈਰਾਨੀ ਵਾਲੀ ਗੱਲ ਇੱਕ ਹੈ ਕਿ ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ਦੇ ਤਹਿਤ 3 ਸੈਨਾ ਦੇ ਮੁਖੀ ਜਿਹੜੇ ਹੈ, ਥਲ ਸੈਨਾ, ਜਲ ਸੈਨਾ ਅਤੇ ਵਾਯੂ ਸੈਨਾ ਦੇ ਮੁਖੀ ਜਿਹੜੇ ਆ, ਉਹ ਇਕੱਠੇ ਨਹੀਂ ਹੋਣ ਦਿੱਤੇ ਸੀ। ਕੰਸਟੀਟਿਊਸ਼ਨ ਦੇ ਵਿੱਚ ਇਹ ਕਿ 3 ਸੈਨਾ ਦੇ ਮੁਖੀਆਂ ਦੀ ਅੱਡ ਅੱਡ ਮੀਟਿੰਗ ਹੋਣੀ ਚਾਹੀਦੀ ਹੈ, ਪਰ ਇਹਨਾਂ ਨੇ 3 ਸੈਨਾ ਦੇ ਮੁਖੀਆਂ ਨੂੰ ਇਕੱਠਾ ਕਰਕੇ ਇੱਕ ਚੀਫ ਬਣਾ ਦਿੱਤਾ, ਜਿਹੜਾ ਮੈਂ ਸਮਝਦਾ ਕਿ ਇਹ ਠੀਕ ਨਹੀਂ ਹੈ, ਲੋਕਤੰਤਰ ਵਾਸਤੇ ਠੀਕ ਨਹੀਂ ਹੈ। EVM ਦੇ ਖਿਲਾਫ਼ ਅੱਜ ਆਵਾਜ਼ ਬੁਲੰਦ ਹੋ ਰਹੀ ਹੈ, ਦੇਸ਼ ਵਾਸੀਆਂ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਅੱਜ ਦੇਸ਼ ਦਾ ਲੋਕਤੰਤਰ ਖਤਰੇ 'ਚ ਹੈ, ਅੱਜ ਦੇਸ਼ ਦਾ ਸੰਵਿਧਾਨ ਖਤਰੇ 'ਚ ਹੈ, ਅਤੇ ਅੱਜ 6 ਦਸੰਬਰ ਵਾਲੇ ਦਿਨ ਬਾਬਾ ਸਾਹਿਬ ਅੰਬੇਡਕਰ ਦੇ ਪ੍ਰਣਾਮ ਦਿਵਸ 'ਤੇ ਹਰ ਭਾਰਤ ਵਾਸੀ ਨੂੰ ਪ੍ਰਣ ਕਰਨਾ ਚਾਹੀਦਾ ਕਿ ਦੇਸ਼ ਦੇ ਲੋਕਤੰਤਰ ਨੂੰ ਅਤੇ ਭਾਰਤੀ ਸੰਵਿਧਾਨ ਨੂੰ ਬਚਾਉਣ ਲਈ ਅਸੀਂ ਹਰ ਯਤਨ ਕਰਾਂਗੇ। ਦੇਖੋ, ਪੰਜਾਬ ਸਰਕਾਰ ਦੀ ਜੇ ਅਸੀਂ ਗੱਲ ਕਰੀਏ ਤਾਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਸ਼ਾਇਦ ਤੁਹਾਡੇ ਮਾਧਿਅਮ ਰਾਹੀਂ ਕਿ ਬਾਬਾ ਸਾਹਿਬ ਅੰਬੇਡਕਰ ਦੀ ਅਤੇ ਸ਼ਹੀਦੀ ਆਜਮ ਭਗਤ ਸਿੰਘ ਦੀ ਫੋਟੋ ਆਪਦੇ ਪਿੱਛੇ ਲਾ ਕੇ ਪ੍ਰੈਸ ਕਾਨਫਰੰਸ ਕਰਨ ਦਾ ਹੱਕ ਭਗਵੰਤ ਮਾਨ
ਅਤੇ ਕੇਜਰੀਵਾਲ ਖੋ ਚੁੱਕੇ ਨੇ ਕਿਉਂਕਿ ਉਹਨਾਂ ਨੇ ਪੰਜਾਬ 'ਚ ਸਭ ਤੋਂ ਪਹਿਲਾਂ ਐਸੀ ਕਮਿਸ਼ਨ ਨੂੰ ਖਤਮ ਕੀਤਾ। ਪੰਜਾਬ ਦੇ ਵਿੱਚ ਮਜ਼ਦੂਰ ਜਮਾਤ ਸੰਘਰਸ਼ ਕਰ ਰਹੀ ਹੈ, ਵਾਰ ਵਾਰ ਮਜ਼ਦੂਰ ਜਮਾਤ ਭਗਵੰਤ ਮਾਨ ਦੇ ਨਾਲ ਮੀਟਿੰਗ ਕਰਨਾ ਚਾਹੁੰਦੀ ਹੈ ਅਤੇ ਵਾਰ ਵਾਰ ਟਾਈਮ ਦੇ ਕੇ ਉਹ ਭੱਜ ਜਾਂਦੇ ਹੈ। ਰਿਜ਼ਰਵੇਸ਼ਨ ਚੋਰ ਫੋੜੋ ਮੋਰਚੇ ਨੇ ਬੜੀ ਜਦੋਜਹਦ ਕੀਤੀ, ਅੱਜ ਵੀ ਮੂਵਮੈਂਟ ਚੱਲ ਰਹੀ ਹੈ ਕਿ ਜਾਅਲੀ ਜਾਤੀ ਸਰਟੀਫਿਕੇਟ ਬਣਾ ਕੇ, ਜਾਅਲੀ ਹੈਂਡੀਕੈਪਟ ਸਰਟੀਫਿਕੇਟ ਬਣਾ ਕੇ ਲੋਕ ਜਿਹੜੇ ਆ ਨੌਕਰੀਆਂ ਕਰ ਰਹੇ ਆ, ਗਰੀਬਾਂ ਦਾ ਹੱਕ ਮਾਰ ਰਹੇ ਆ। ਅਤੇ ਇਸ ਕਰਕੇ ਇਹਦੇ 'ਤੇ ਕੋਈ ਭਗਵੰਤ ਮਾਨ ਕਾਰਵਾਈ ਨਹੀਂ ਕਰ ਰਿਹਾ ਕਿਉਂਕਿ ਰਿਮੋਟ ਕੰਟਰੋਲ ਅਸਲ 'ਚ ਕੇਜਰੀਵਾਲ ਸਾਹਿਬ ਦੇ ਹੱਥ 'ਚ ਹੈ ਅਤੇ ਕੇਜਰੀਵਾਲ ਸਾਹਿਬ ਜਿਹੜੇ ਸੀਗੇ ਉਹ ਐਂਟੀ ਰਿਜ਼ਰਵੇਸ਼ਨ ਮੂਵਮੈਂਟ ਦੇ ਬੀਪੀ ਸਿੰਘ ਵੇਲੇ ਹੈੱਡ ਹੋਇਆ ਕਰਦੇ ਸੀ। ਇਸ ਕਰਕੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਸ਼ਹੀਦ ਆਜਮ ਭਗਤ ਸਿੰਘ ਦੀ ਫੋਟੋ ਆਪਦੇ ਪਿੱਛੇ ਲਾ ਕੇ ਪ੍ਰੈਸ ਕਾਨਫਰੰਸ ਦਾ ਕਰਨ ਦਾ ਹੱਕ ਜਿਹੜਾ ਹੈ ਉਹ ਭਗਵੰਤ ਮਾਨ ਅਤੇ ਕੇਜਰੀਵਾਲ ਖੋ ਚੁੱਕੇ ਨੇ। ਔਰ ਦੇਸ਼ ਦੇ ਲੋਕਾਂ ਨੇ 5-6 ਸਟੇਟਾਂ 'ਚ ਜਿਹੜਾ ਇਲੈਕਸ਼ਨ ਹੋਇਆ ਉਹਨਾਂ ਨੇ ਵੀ ਦੱਸਤਾ ਕਿ ਭਗਵੰਤ ਮਾਨ ਜਾਂ ਕੇਜਰੀਵਾਲ ਦਾ ਜਿਹੜਾ ਮਿਸ਼ਨ ਹੈਗਾ, ਜਿਹੜੀ ਵਿਰੋਧ ਦੀ ਰਾਜਨੀਤੀ ਉਹਨਾਂ ਨੇ ਫੈਲਾਈ, ਨਫ਼ਰਤ ਦੀ ਰਾਜਨੀਤੀ ਜਿਹੜੀ ਉਹ ਇੱਥੇ ਫੈਲਾਉਣਾ ਚਾਹੁੰਦੇ ਹੈ, ਉਹ ਲੋਕਾਂ ਨੂੰ ਕਹਿੰਦੇ ਹੁੰਦੇ ਸੀ ਕਿ ਜੇ MLA ਮਿਨਿਸਟਰ ਤੁਹਾਡੇ ਆਉਂਦੇ ਆ ਗੱਲ ਨਹੀਂ ਸੁਣਦੇ, ਇਹਨਾਂ ਦੇ ਪੱਥਰ ਮਾਰੋ। ਅਤੇ ਅੱਜ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੇ ਵੀ ਲੋਕ ਪੱਥਰ ਮਾਰਨ ਵਾਸਤੇ ਤਿਆਰ ਨੇ। ਤੋ ਇਸ ਕਰਕੇ ਇਹ ਜਿਹੜਾ ਅੰਬੇਡਕਰ ਸਾਹਿਬ ਦੀ ਫੋਟੋ ਲਾਉਣਾ, ਅੰਬੇਡਕਰ ਸਾਹਿਬ ਦਾ ਬੁੱਤ ਸਥਾਪਿਤ ਕਰਨਾ, ਇਹਦਾ ਇੱਕ ਮੈਸੇਜ ਦੇਣਾ ਹੁੰਦਾ ਹੈ ਕਿ ਤਾਂ ਕਿ ਬੱਚਿਆਂ ਨੂੰ ਪਤਾ ਲੱਗੇ, ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਇਹ ਕੌਣ ਸੀਗੇ, ਬਾਬਾ ਸਾਹਿਬ ਅੰਬੇਡਕਰ ਕੌਣ ਸੀ। ਪਰ ਬਾਬਾ ਸਾਹਿਬ ਅੰਬੇਡਕਰ ਦੇ ਮਿਸ਼ਨ 'ਤੇ ਚੱਲਣ ਦਾ ਕੰਮ ਪੰਜਾਬ ਸਰਕਾਰ ਨਹੀਂ ਕਰ ਰਹੀ, ਜੋ ਬੜਾ ਹੀ ਮੰਦਭਾਗਾ ਹੈ। ਬੜਾ ਪ੍ਰਚਾਰ ਕੀਤਾ ਸੀਗਾ ਇਹਨਾਂ ਨੇ, ਪੰਜਾਬ 'ਚ ਬਹੁਤ ਕੰਮ ਕੀਤਾ, ਦਿੱਲੀ 'ਚ ਕੀਤਾ, ਹੁਣ ਜਿਹੜੀਆਂ 2-3 ਸੂਬਿਆਂ 'ਚ ਜਿਹੜੀਆਂ ਚੋਣਾਂ ਹੋਈਆਂ ਉੱਥੇ ਇਹਨਾਂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋਈਆਂ, ਕਿਸ ਤਰ੍ਹਾਂ ਦੇਖਦੇ? ਜ਼ਮਾਨਤਾਂ ਤਾਂ ਛੱਡੋ, ਨੋਟਾਂ ਤੋਂ ਵੀ ਘੱਟ ਵੋਟ ਕਹਿੰਦੇ ਪਈ ਹੈ, ਮਤਲਬ ਅਖਬਾਰਾਂ ਦੇ ਵਿੱਚ ਆਇਆ, ਮੀਡੀਆ 'ਚ ਆਇਆ ਕਿ ਨੋਟਾਂ ਤੋਂ ਵੀ ਘੱਟ ਵੋਟ ਇਹਨਾਂ ਨੂੰ ਪਈ ਹੈ। ਪਰ ਬੜੇ ਦੁੱਖ ਦੀ ਗੱਲ ਹੈ ਕਿ ਹਜ਼ਾਰਾਂ ਕਰੋੜ ਰੁਪਈਆ ਪੰਜਾਬ ਦੇ ਲੋਕਾਂ ਦਾ ਇਹਨਾਂ ਨੇ ਜਹਾਜ਼ਾਂ 'ਤੇ ਸ਼ਹਿਰ ਕਰਨ ਵਾਸਤੇ ਉੱਥੇ ਬਹਾਤਾ। ਉਹਨਾਂ ਸਮਾਂ ਪੰਜਾਬ ਦੇ ਵਿੱਚ ਇਹ ਨਹੀਂ ਬੜੇ, ਪੰਜਾਬ ਦੇ ਜਿਹੜੇ ਸਾਡੇ ਮੰਤਰੀ ਜਾਂ ਇਹਨਾਂ ਦੇ MLA ਆ ਉਹ ਵੀ ਪੰਜਾਬ ਦੇ ਲੋਕਾਂ ਨੂੰ ਨਹੀਂ ਦਿਖੇ, ਅਤੇ ਬੜੀ ਦੁੱਖ ਦੀ ਗੱਲ ਹੈਗੀ ਹੈ। ਪਰ ਗੱਲ ਇਹ ਹੈ ਕਿ ਅਸਲ ਦੇ ਵਿੱਚ ਕੀ ਹੋਇਆ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਲੋਕ ਇਹਨਾਂ ਦੇ ਗੱਪਾਂ ਦਾ ਸ਼ਿਕਾਰ ਹੋ ਗਏ, ਇਹਨਾਂ ਦੇ ਝੂਠ, ਇਹਨਾਂ ਦੇ ਫਰੇਬ ਦਾ ਸ਼ਿਕਾਰ ਹੋ ਗਈ। ਦੂਜੀ ਗੱਲ, ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਆਪਸੀ ਖਿੱਚੋਤਾਣ ਸੀਗੀ ਉਹ ਖਿੱਚੋਤਾਣ ਕਾਂਗਰਸ ਪਾਰਟੀ ਨੂੰ ਲੈ ਬੈਠੀ, ਅਦਰਵਾਈਜ਼ ਕਾਂਗਰਸ ਪਾਰਟੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ ਸਰਕਾਰ ਰਿਪੀਟ ਕਰਨ ਜਾ ਰਹੀ ਸੀ, ਰਿਪੀਟ ਹੋ ਰਹੀ ਸੀ। ਪਰ ਹੁਣ ਜਿਹੜਾ ਰਾਜਸਥਾਨ ਦੇ ਵਿੱਚ ਹੋਇਆ, ਮੈਂ ਸਮਝਦਾ ਉਹ ਵੀ ਹੈ ਕਿ ਹਾਈ ਕਮਾਂਡ ਨੂੰ ਜ਼ਰੂਰ ਇਹ 'ਤੇ ਮੰਥਨ ਕਰਨਾ ਚਾਹੀਦਾ, ਜਿਹੜੀ ਆਪਸੀ ਖਿੱਚੋਤਾਣ ਹੈ ਉਹ ਖਿੱਚੋਤਾਣ ਦਾ ਫਾਇਦਾ ਜਿਹੜਾ ਇਹ ਲੋਕ ਉਠਾ ਗਏ, ਅਦਰਵਾਈਜ਼ ਲੋਕਾਂ ਨੇ ਇਹਨਾਂ ਨੂੰ ਪਸੰਦ ਨਹੀਂ ਕੀਤਾ, ਲੋਕ ਇੱਕ ਬਦਲਾਅ ਦੇ ਭੁਲੇਖੇ 'ਚ ਆ ਗਏ। ਇਸ ਕਰਕੇ ਫਰੇਬ ਜਿਹੜਾ ਲੋਕ ਸਮਝ ਚੁੱਕੇ ਆ, ਤੋ ਦੇਸ਼ ਦੇ ਲੋਕਾਂ ਨੇ ਸਮਝ ਲਿਆ, ਸ਼ਾਇਦ ਪੰਜਾਬ ਦੇ ਲੋਕ ਵੀ ਹੁਣ ਸਮਝ ਗਏ। ਜੇ ਕੋਈ ਆਜ਼ਾਦ ਉਮੀਦਵਾਰ ਉੱਠ ਖੜੇ ਉਹ ਵੀ 5-7% ਵੋਟ ਲੈ ਜਾਂਦਾ, ਪਰ ਇਹਨਾਂ ਨੂੰ 1% ਤੋਂ ਵੀ ਘੱਟ ਵੋਟ ਮਿਲਦੇ ਆ। ਦੇਖੋ ਜੀ, ਇਹਨਾਂ ਦੀਆਂ ਨੀਤੀਆਂ ਨੂੰ ਦੇਸ਼ ਦੇ ਲੋਕ ਸਮਝ ਚੁੱਕੇ ਆ। ਕੇਜਰੀਵਾਲ ਸਾਹਿਬ ਨੇ ਲੋਕਪਾਲ ਰਿਸ਼ਵਤ ਭ੍ਰਿਸ਼ਟਾਚਾਰੀ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਲਿਆ। ਲੋਕਾਂ ਨੂੰ ਐਂ ਲੱਗਣ ਲੱਗਿਆ ਸ਼ਾਇਦ ਭੁਲੇਖਾ ਪੈ ਗਿਆ ਕਿ ਕੋਈ ਜਿਹੜੇ ਹੈਗੇ ਆ ਕੋਈ ਛੜੀ ਆਊਗੀ, ਜਾਦੂ ਦੀ ਛੜੀ ਘੁਮਾਊਗਾ ਅਤੇ ਭ੍ਰਿਸ਼ਟਾਚਾਰ ਖਤਮ ਹੋ ਜੂਗਾ। ਪਰ ਉਸੇ ਭ੍ਰਿਸ਼ਟਾਚਾਰ ਦੇ ਚਲਦਿਆਂ ਇਹਨਾਂ ਦੇ ਲੀਡਰ ਜੈਨ, ਇਹਨਾਂ ਦਾ ਮੰਤਰੀ, ਇਹਨਾਂ ਦੇ ਹੋਰ 2-3 ਲੀਡਰ ਤਿਹਾੜ ਜੇਲ੍ਹ ਦੇ ਵਿੱਚ ਬੈਠੇ ਆ। ਹੁਣ ਤਾਂ ਚਰਚਾ ਇਹ ਵੀ ਚਲੀ ਜਾਂਦੀ ਹੈ ਕਿ ਸ਼ਾਇਦ ਹੋ ਸਕਦਾ ਕੇਜਰੀਵਾਲ ਤਿਹਾੜ ਜੇਲ੍ਹ ਦੇ ਵਿੱਚ ਉਹ ਸਰਕਾਰ ਚਲਾਵੇ। ਤੋ ਇਸ ਕਰਕੇ ਫਰੇਬ ਦੇ ਵਿੱਚ ਲੋਕ ਹੁਣ ਝੂਠ ਦੇ